ਸਪੀਕਰ ਸਾਹਿਬ, ਮੈਂ ਨਾ ਚਲੋ ਲੀਡਰ ਆਫ ਆਪੋਜੀਸ਼ਨ ਨੇ ਕਈ ਮੁੱਦੇ ਜਿਹੜੇ ਆ ਸਦਨ ਦੇ ਵਿੱਚ ਉਠਾਏ, ਚੰਗੀ ਗੱਲ ਹੈ। ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਦੇਖੋ, ਅਸੀਂ ਤਾਂ ਚਾਹੁੰਦੇ ਹਾਂ ਵੀ ਇੱਥੇ ਵਿਧਾਨ ਸਭਾ ਦੇ ਅੰਦਰ ਡਿਬੇਟ ਹੋਵੇ, ਕੋਈ ਜਿਹੜਾ ਚੰਗਾ ਪੰਜਾਬ ਦੇ ਮੁੱਦਿਆਂ ਤੇ ਕੋਈ ਗੱਲ ਹੋਵੇ, ਉਹਦਾ ਹੱਲ ਨਿਕਲ ਕੇ ਆਵੇ। ਪਰ ਮੈਂ ਨਾ ਇੱਕ ਜਿਹੜਾ ਬਾਕੀ ਗੱਲਾਂ ਦੇ ਜਵਾਬ ਵਿੱਤ ਮੰਤਰੀ ਸਾਹਿਬ ਦੇਣਗੇ, ਇਹਨਾਂ ਨੂੰ ਸਵਾਲ ਕੀਤੇ ਆ। ਇੱਕ ਸਰ, ਮੈਂ ਜਿਹੜਾ ਲੀਡਰ ਆਫ ਓਪੋਜੀਸ਼ਨ ਨੇ ਰੇਜ਼ ਕੀਤਾ ਕਿ ਬਾਹਰਲੇ ਜਿਹੜੇ ਸੂਬੇ ਵਾਲਿਆਂ ਨੂੰ ਨੌਕਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਨੇ ਇਹ ਮਿਲ ਜਾਂਦੀਆਂ, ਇਹ ਗੱਲਾਂ ਸੋਸ਼ਲ ਮੀਡੀਆ ਤੇ ਵੀ ਕਈ ਸਾਡੇ ਆਪੋਜੀਸ਼ਨ ਦੇ ਮੈਂਬਰ ਵੀ ਜਾਂ ਕਿਹੜੇ ਕਈ ਹੋਰ ਲੋਕ ਵੀ ਜਿਹੜੇ ਆ ਝੱਕਦੇ ਰਹਿੰਦੇ ਆ। ਪਰ ਸਰ, ਜਿਹੜੀ ਸਾਡੇ ਸੰਵਿਧਾਨ ਦੀ ਧਾਰਾ 16 ਗੀ, ਉਹਦੇ ਵਿੱਚ ਬਿਲਕੁਲ ਸਾਫ਼ ਲਿਖਿਆ ਕਿ ਤੁਸੀਂ ਨੌਕਰੀ ਦੇ ਮਾਮਲੇ 'ਚ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ, ਉਹ ਕਿਸ ਰਿਲੀਜਨ ਦਾ, ਕਿਸ ਕਾਸਟ ਦਾ ਅਤੇ ਕਿੱਥੇ ਰਹਿੰਦਾ, ਇਹ ਸਭ ਕੁਛ ਸੰਵਿਧਾਨ ਮੁਤਾਬਕ ਹੁੰਦਾ। ਅਸੀਂ ਇਹ ਰੋਕਣ ਲਈ ਕਿ ਬਾਹਰਲੇ ਸੂਬੇ ਵਾਲੇ ਆ ਕੇ ਪੰਜਾਬ ਦੇ ਵਿੱਚ ਨੌਕਰੀ ਨਾ ਕਰ ਸਕਣ, ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਕੋਸ਼ਿਸ਼ ਕੀਤੀ ਤੇ ਅਸੀਂ ਮੁੱਖ ਮੰਤਰੀ ਸਾਹਿਬ ਦੀ ਅਗਵਾਈ 'ਚ ਕੈਬਨਿਟ 'ਚ ਪਾਸ ਵੀ ਕੀਤਾ ਵੀ 10ਵੀਂ ਲੈਵਲ ਦਾ ਟੈਸਟ, 8ਵੀਂ ਲੈਵਲ ਦਾ ਟੈਸਟ ਜਿਹੜਾ ਨੌਕਰੀਆਂ ਦੇ ਲਈ ਰੱਖਿਆ। ਪਰ ਫਿਰ ਵੀ ਜੇ ਹੁਣ ਕੋਈ ਹਰਿਆਣੇ ਵਾਲਾ, ਰਾਜਸਥਾਨ ਵਾਲਾ ਕਲੀਅਰ ਕਰਕੇ ਇੱਥੇ ਆ ਜਾਂਦਾ, ਤੁਸੀਂ ਸਾਰੇ ਸਿਆਣੇ ਸਿਰ ਬੈਠੇ ਹੋ, ਮੈਨੂੰ ਤਰੀਕਾ ਦੱਸ ਦਿਓ ਵੀ ਉਹਨਾਂ ਨੂੰ ਕਿਵੇਂ ਰੋਕੀਏ। ਤੁਸੀਂ ਦੱਸ ਦਿਓ ਕਿਵੇਂ ਰੋਕੀਏ। ਕੰਸਟੀਟਿਊਸ਼ਨ ਹੈ ਸਰ, ਜਾਂ ਤਾਂ ਤੁਸੀਂ ਉਹਦੇ ਵਿੱਚ ਆਪਾਂ ਅਮੈਂਡਮੈਂਟ ਕਰੀਏ। ਇਹ ਹਰਿਆਣੇ ਨੇ ਵੀ ਲੈ ਕੇ ਆਂਦਾ ਸੀ ਪਰ ਕੋਰਟ ਦੇ ਵਿੱਚੋਂ ਸਟੇ ਹੋ ਗਿਆ। ਉਹਨਾਂ ਨੇ ਪ੍ਰਾਈਵੇਟ ਜਿਹੜੀਆਂ, ਤੁਸੀਂ 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 ਪਾਰਲੀਮੈਂਟ 'ਚ ਰਹੇ ਹੋ, ਤੁਸੀਂ ਤੁਸੀਂ ਰਾਜਾ ਜੀ ਇਕੱਲੀ ਮਸ਼ਕਰੀ ਨਹੀਂ, ਤੁਸੀਂ ਮੈਨੂੰ ਦੱਸ ਦਿਓ, ਤੁਸੀਂ ਮੈਨੂੰ ਸਾਰੇ ਬੈਠੇ ਹੋ, ਤੁਸੀਂ ਕੋਈ 4 ਵਾਰੀ ਦਾ MLA ਮੰਤਰੀ ਰਹੇ ਹੋ, ਤੁਸੀਂ MP ਰਹੇ ਹੋ, ਤੁਸੀਂ ਮੈਨੂੰ ਦੱਸ ਦਿਓ, ਤਰੀਕਾ ਦੱਸ ਦਿਓ ਕਿਵੇਂ ਰੋਕੀਏ। ਕਿਉਂਕਿ ਰੋਜ਼ ਰੋਜ਼ ਇਹ ਗੱਲ ਰੇਜ਼ ਹੁੰਦੀ ਹੈ, ਕਈ ਲੋਕ ਜਿਨ੍ਹਾਂ ਨੂੰ ਪਤਾ ਨਹੀਂ, ਕੁਛ ਅਨਪੜ੍ਹ ਲੋਕ ਜਾਂ ਜਿਨ੍ਹਾਂ ਨੇ ਸੰਵਿਧਾਨ ਨਹੀਂ ਪੜ੍ਹਿਆ, ਰੌਲਾ ਪਾਉਂਦੇ ਆ, ਦੇਖੋ ਜੀ ਬਾਹਰਲੀਆਂ ਨੌਕਰੀਆਂ ਦਿੱਤੀਆਂ, ਤੁਸੀਂ ਦੱਸੋ ਕਿਵੇਂ ਰੋਕੀ, ਤਰੀਕਾ ਦੱਸੋ। ਠੀਕ ਹੈ, ਬਾਜਵਾ ਜੀ ਆਪਾਂ ਗੱਲੇ ਅੱਗੇ ਚਲਾ ਲਈਏ। ਬਾਜਵਾ ਜੀ ਮੇਰੀ ਸੁਣ ਲਓ, ਮੀਤ ਜੀ ਇੱਕ ਮਿੰਟ, ਜਿੱਦਣ ਨੀਅਤ ਹੋਈ ਤੇ ਆਪਾਂ ਰੋਕਣਾ ਚਾਹੇ ਆਓ ਬੈਠੀਏ, ਮੈਂ ਤੁਹਾਨੂੰ ਰੋਕਣ ਦਾ ਤਰੀਕਾ ਦੱਸੂ। ਕਹਿੰਦੇ ਕਾਨੂੰਨ ਹੈ ਰੋਕਣ ਦੇ, ਬਾਹਰਲੇ ਸੂਬਿਆਂ 'ਚ ਮੈਨੂੰ ਦੱਸੋ ਕਿੰਨੇ ਪੰਜਾਬੀ ਲੱਗੇ, ਇੱਥੇ ਮੈਜੋਰਟੀ ਆ ਕੇ ਨੌਨ ਪੰਜਾਬੀ ਲੱਗ ਗਏ ਨੇ। ਠੀਕ ਹੈ ਮੀਤ ਜੀ, ਇੱਕ ਮਿੰਟ ਸਰ, ਨੋ ਸਿਟੀਜਨ ਸ਼ੈਲ ਔਨ ਗਰਾਊਂਡ ਓਨਲੀ ਆਫ ਰਿਲੀਜਨ, ਰੇਸ, ਕਾਸਟ, ਸੈਕਸ, ਪਲੇਸ ਆਫ ਬਰਥ, ਰੈਜੀਡੈਂਸ ਔਰ ਐਨੀ ਆਫ ਦਨ ਬੀ ਇਨਐਲੀਜੀਬਲ ਫੋਰ ਔਰ ਡਿਸਕ੍ਰਿਮੀਨੇਟਡ ਅਗੇਂਸਟ ਇਨ ਰਿਸਪੈਕਟ ਐਨੀ ਇੰਪਲੋਇਮੈਂਟ ਔਰ ਆਫਿਸ ਅੰਡਰ ਦੀ ਸਟੇਟ। ਸਰ ਬੈਠੋ ਜੀ, ਦੇਖੋ ਮੈਂ ਬਾਜਵਾ ਜੀ ਰਲ ਕੇ ਉਹਨੇ ਝੂਠੇ ਸਰਟੀਫਿਕੇਟ ਦਿੱਤੇ ਗਿਆਨ ਪੰਜਾਬੀ ਜੀ, ਠੀਕ ਹੈ। ਦੈਟਸ ਵਾਈ ਦੇ ਹੈਵ ਬੁੱਧਰਾਮ ਜੀ ਬੈਠੋ ਜੀ, ਬੈਠੋ ਤੁਸੀਂ ਬੈਠੋ ਬੁੱਧਰਾਮ ਜੀ, ਆਪਾਂ ਨੂੰ ਅੱਗੇ ਚਲਾਓ।
ਮੀਤ ਜੀ, ਮੀਤ ਮੀਤ ਜੀ ਸਰ, ਸਰ ਇੱਕ ਮਿੰਟ, ਇੱਕ ਮਿੰਟ ਬਾਜਵਾ ਸਾਹਿਬ, ਇੱਕ ਮਿੰਟ, ਇੱਕ ਮਿੰਟ ਸਰ, ਸਰ ਐਡਮਿਸ਼ਨ ਲੈਣ ਲਈ ਕਿਸੇ ਸੰਸਥਾ ਦੇ ਵਿੱਚ ਉਹਦੇ ਲਈ ਡੋਮੀਸਾਈਲ ਦੀ ਜ਼ਰੂਰਤ ਹੈ? ਸਰਕਾਰੀ ਨੌਕਰੀ ਡੋਮੀਸਾਈਲ ਦੀ ਜ਼ਰੂਰਤ ਹੀ ਕੋਈ ਨਹੀਂ? ਬੈਠੋ ਜੀ, ਐਡਮਿਸ਼ਨ ਲੈਣ ਲਈ ਕਿਹੜੀ ਡੋਮੀਸਾਈਲ ਦੀ ਜ਼ਰੂਰਤ ਹੈ? ਬੈਠੋ, ਠੀਕ ਹੈ ਜੀ, ਬੈਠੋ, ਦੱਸ ਤੁਸੀਂ ਲੈ ਲਿਆ ਕੁਐਸਚਨ ਜੀ, ਬੈਠੋ ਜੀ, ਤੁਸੀਂ ਚਲੋ ਆਪਾਂ ਬੈਠੀਏ ਜੀ, ਆਪਾਂ ਬੈਠੀਏ।